بختار في مليك تعملوكي تدرسي كلاوات في الراس في الجيتور 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 ਫਰੀਦਾ ਨਿਵਾਸੀ ਵੱਲੋਂ ਆਪਣੇ ਪਰਿਵਾਰ ਦੇ ਨਾਲ ਸਿੱਖ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਕੀਤੀ। 25ਵੇਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਆਪਣੇ ਮੋਚਨ ਤੋਂ ਰਮਨਜੀਤ ਕੌਰ ਪਤਨੀ ਬਲਕਾਰ ਸਿੰਘ ਵੱਲੋਂ ਪਰਿਵਾਰ ਦੇ ਨਾਲ ਸਿੱਖਾਂ ਦੇ ਕਾਰੋਬਾਰ ਦੇ ਚੜ੍ਹਦੀ ਕਲਾਵਾਰ ਦੇ ਅਰਦਾਸ ਕੀਤੀ। 26ਵੇਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਆਪਣੇ ਮੋਚਨ ਤੋਂ ਸਰਕਾਰ ਪਰਿਵਾਰ ਸਿੰਘ ਸੈਕਟਰੀ ਵੱਲੋਂ ਆਪਣੀ ਪਤਨੀ ਕੌਰ ਪਤਨੀ ਪ੍ਰਧਾਨ ਦੇ ਹਰਵਿੰਦਰ ਕੌਰ ਦੀ ਯਾਦ ਵਿੱਚ ਅਖੰਡ ਪਾਠ ਅਰਦਾਸ ਕੀਤੀ। 26ਵੇਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਹਾਂ
Yeah.
ਇਹਨੇ
तावद्वारन हारा दुखंता सुरास ताको भिगन नाको हूला गह जागी प्रभा की अरदास। अरदास एक ओंकार वाहिगुरु जी की फतेह। श्री भगवती संगाई वार श्री भगवती जी के पांच शागे दसवें कीर्तन भगवती सिमरकाया गुरु नानक लिंगते आए ब्रंगत गुरते अमरदास रामदास संगाए। अर्जन हर गोविंद नु सिमरो श्री हर राय श्री हर कृष्ण ते आई है जिस डिठे शब्द हो जाए। एक मुखादर सिमरी है घर नौन दे आवै ताए सब ताई हूँ जिस आए सब ताई हूँ जिस आए। दसवें पातशाह धन धन श्री गुरु गोबिंद सिंह जी महाराज सब ताई हूँ जिस आए सब ताई हूँ जिस आए। दसां पातशाहियां की जोत धन धन श्री गुरु ग्रंथ साहिब जी के पाठ दीदार दा त्यंतर खालसा सांगी विजे। बोलो जी वाहेगुरु बोलो वाहेगुरु। गुरु जी के पंज प्यारे चार साहबजादे चाली मुक्ते हटियां जपियां तपियां नीवियां प्रेमियां जिन्हां ने आप जी का नाम जपिया वंट के छकिया दीन चलाई ते गवाही ने कैंडर कीता। ਇਹਨਾਂ ਮਹਾਂਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਤਰ ਖਾਲਸਾ ਸਾਂਗੀ ਵਿਜੇ। ਬੋਲਾ ਸਿੰਘਾਂ ਸਿੰਘਣੀਆਂ ਨੇ ਧਰਮੇ ਸਿਰ ਦਿੱਤੇ ਮਤਲਬ ਗਡਵਾਏ ਗੋਬਰ ਨਵਾਈਆਂ ਤਕੜੀਆਂ ਤੇ ਤਲੀ ਵਾਰ ਨਾਚੀਰੇ ਗਾਏ। ਗੁਰਦੁਆਰਿਆਂ ਲਈ ਕੁਰਬਾਨੀ ਦਿੱਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਘ ਨਿਵਾਜ ਅਨੇਕਾਂ ਨੇ ਕਰ ਸੰਵਾਰ ਦੇ ਸ਼ਹੀਦ ਹੋ ਗਏ। ਸਰਬੱਤ ਗੁਰਦੁਆਰਿਆਂ ਦਾ ਧਿਆਤਰ ਖਾਲਸਾ ਸਾਂਗੀ ਵਿਜੇ। ਪ੍ਰਥਮੇ ਸਮੂਹ ਖਾਲਸਾ ਜੀ ਕੀ ਅਰਦਾਸ ਹੋਇਆ ਜੀ। ਸਮੂਹ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਕੇ ਦਾਮ ਕੇਸ ਦਾਮ ਰਹਿਤ ਦਾਮ ਵਿਵੇਕ ਦਾਮ ਸਹਾ ਦਾਮ ਭਰੋਸਾ ਦਾਮ ਦਾਨਾ ਸਰਦਾਮ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਕੇਸ਼ਨਾਨ ਚੌਂਕੀਆਂ ਚੰਡੇ ਪੁੰਗੇ ਜੁਗੋ ਜੁਗੇ ਅਟਲ ਧਰਮ ਦਾ ਜੈਕਾਰ ਖਾਲਸਾ ਸਾਂਗੀ ਵਿਜੇ। ਬੋਲਾ ਸਿੱਖਾਂ ਦਾ ਮਾਨੀ ਵਾ ਮਤ ਉੱਤੇ ਮਤ ਪਾਦਾ ਰਾਖਾ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾਸਾਂ ਇਤਾਰ ਦੇ ਉਡਾਨ ਦੇ ਉੱਡਿਆਂ ਦੇ ਉਪਨਿਆਸਿਆਂ ਦੇ ਆਸਰੇ ਸਤਿਗੁਰੂ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸਮੂਹ ਸਿੰਘ ਦੇ ਅਰਦਾਸ ਵੇਖਦੇ ਹਾਂ। ਸਤਿਗੁਰੂ ਜੀ ਆਪ ਜੀ ਦੇ ਦਰਬਾਰ ਕਰੋ ਪ੍ਰਸਾਦ ਬ੍ਰਹਮ ਗਿਆਨੀ ਬ੍ਰਹਮ ਗੇਤਾ ਨਾਮ ਦੇ ਰਸੀਏ ਮਹਾਨ ਪਰਮਕਾਰੀ ਗਰੀਬਾਂ ਦੀ ਮਸੀਹਾ ਧੰਨ ਧੰਨ ਸ਼੍ਰੀ ਨਾਗੁਰਾਨਾ ਸਾਹਿਬ ਜੀ ਮਹਾਰਾਜ ਆਪ ਜੀ ਦੇ 77ਵੀਂ ਵਾਰਸ਼ਿਕ ਮਨਾਉਂਦੇ ਹੋਈਆਂ ਸਮੂਹ ਸੰਗਤਾਂ ਵੱਲੋਂ ਆਪ ਜੀ ਦੀ ਤਪੋਸਤਾਨ ਗੁਰਦੁਆਰਾ ਮੰਜੀ ਸਾਹਿਬ ਗੋਸਲ ਵਿਖੇ ਪਰਸੋਂ ਦੇ ਰੋਜ਼ ਤੋਂ ਤੁਰਕੇ ਬਾਣੀ ਆਈ ਤਿੰਨ ਸਗਲੇ ਤਿੰਨ ਮਟਾਏ ਜੀ ਉਹਦੇ ਤਰਤਾਲੀਆਂ ਪਰਿਵਾਰਾਂ ਵੱਲੋਂ ਆਪੋ ਆਪਣੀ ਮਨੋਭਾਵਨਾ ਨੂੰ ਮੁੱਖ ਰੱਖਦਿਆਂ ਸਤਿਗੁਰੂ ਜੀ 43 ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ ਸਤਿਗੁਰੂ ਮਹਾਰਾਜ ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਸਤਿਗੁਰੂ ਜੀ ਪਹਿਲੇ ਸ਼੍ਰੀ ਅਖੰਡ ਪਾਠ ਸੇਵਾ ਕੱਜਣ ਸਿੰਘ ਸਨ ਪਿਆਰਾ ਸਿੰਘ ਗੋਸਲ ਹੋਰੋਂ ਪਰਿਵਾਰ ਦੇ ਤੰਦਰੁਸਤੀ ਸੁੱਖ ਸ਼ਾਂਤੀ ਤੇ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਵੇਖਦੇ। ਸਤਿਗੁਰੂ ਜੀ ਜੇਕਰਮਾਲਾ ਲੰਗਰ ਦੀ ਸੇਵਾ ਵਾਸਤੇ 10,000 ਦੀ ਸੇਵਾ ਦੂਜੇ ਖੰਡਪਾਠ ਸਾਹਿਬ ਨੂੰ ਮੁਜ਼ਾਰਾ 9 ਵਾਰ ਹਰਜਿੰਦਰ ਕੌਰ ਮਲਜੀਤ ਸਿੰਘ ਵੱਲੋਂ ਪਰਿਵਾਰ ਦੀ ਤੰਦਰੁਸਤੀ ਸੁੱਖ ਸ਼ਾਂਤੀ ਤੇ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਵੇਖਦੇ। ਸਤਿਗੁਰੂ ਜੀ ਜੇਕਰਮਾਲਾ 1,000 ਦੀ ਸੇਵਾ ਤੀਜੇ ਖੰਡਪਾਠ ਸਾਹਿਬ ਆਪਣੇ ਮੁਸਾਫਰ ਤੋਂ ਸੰਦੀਪ ਕੌਰ ਪ੍ਰਤਪਾਲ ਸਿੰਘ ਪੁੱਤਰੀ ਗੱਜਣ ਸਿੰਘ ਵੱਲੋਂ ਪਰਿਵਾਰ ਦੀ ਤੰਦਰੁਸਤੀ ਸੁੱਖ ਸ਼ਾਂਤੀ ਤੇ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਵੇਖਦੇ। ਸਤਿਗੁਰੂ ਜੀ ਇਕਰਮਾਲਾ ਲੰਗਰ ਦੀ ਸੇਵਾ ਵਾਸਤੇ 1,000 ਦੀ ਸੇਵਾ ਚੌਥੇ ਖੰਡਪਾਠ ਸਾਹਿਬ ਆਪਣੇ ਜੀਦੋਵਾਲ ਤੋਂ ਰਾਜਵਿੰਦਰ ਕੌਰ ਬਲਿਹਾਰ ਸਿੰਘ ਪੁੱਤਰੀ ਗੱਜਣ ਸਿੰਘ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਕਾਰੋਬਾਰ ਦੀ ਤਰੱਕੀ ਵਾਸਤੇ ਅਰਦਾਸ ਵੇਖਦੇ। ਸਤਿਗੁਰੂ ਜੀ
एकर माला जंतुमाया पंजी कर पार दावन घोषणा तो आमंत्रित संग सानो निर्मल संग वालों प्रवार देता नर्ते सुचार दिकारों वार देवा देवा तेदास विंते सुप्रोज एकर माला जंतुमाया शेमी कर पार दावन घोषल को कमलजीत संग ते गुरजीत संग सानो निर्मल संग वालों प्रवार दी सुचार दिकारों वार देवा देवा तेदास विंते सुप्रोज एकर माला जंतुमाया सदमी कर पार दावन घोषल को राज भी संग सानो प्रवास संग घोषल वालों प्रवार देता नृत्य सुशांत इधर वार देवा देवा देवता स्वेंदे सुधरोज एकरमाला में अंतुमाया आठवीं कर्पार द्वारा घोषल तो जगजीत सिंह ते सुजीत सिंह घोषल वालों प्रवार देता नृत्य सुशांत इधर वार देवा देवा देवता स्वेंदे सुधरोज एकरमाला में अंतुमाया नौवीं कर्पार द्वारा घोषल कश्मीर सिंह के ज्ञान को और वालों प्रवार देता नृत्य सुशांत इधर वार देवा देवता स्वेंदे सुधरोज एकरमाला लंग सेवा वादे 15000 की सेवा दसवीं खंडपाठ द्वारा घोषा तो मुझे सिंह सन अमरीक सिंह मिस्त्री वालों प्रवार देता नृत्य सुशांत इधर वाले तरक्की वाद करता स्वेंदे सगुरोज विक्रमाला नंगल सेवा वाद 1100 सेवा ग्यारहवीं खंडपाठ द्वारा थाबड़ के तो क्रीटा निवासी गोदीप वार और निगिन्ना सिंह पुत्र मोहन सिंह वालों प्रवार देता नृत्य सुशांत इधर वाले दिवाते वाद करता स्वेंदे सगुरोज विक्रमाला में अंतम आया वानवी खंडपाठ द्वारा घोषा तो परिहार सिंह सन महेंद्र सिंह वालों प्रवार देता नृत्य सुशांत इधर वाले तरक्की वाद करता स्वेंदे सगुरोज एकरमाला लंगर की सेवा वादे 500 सेवा तीनवीं खंडपाठ द्वारा घोषा तो इंग्लैंड वासी रविंद्र कौर डॉक्टर सोन सिंह वालों प्रवार देता नृत्य सुशांत इधर वाले दिवाते वाद करता स्वेंदे सगुरोज एकरमाला में अंतम आया चौवीं खंडपाठ द्वारा घोषा तो डॉक्टर कुलवारम दीप सिंह सन और सुपाल सिंह उषा राणी वालों डिग्री प्राप्त करने के विश्वकराने वजो प्रवार देता नृत्य सुशांत इधर वाले दिवाते करता स्वेंदे सगुरोज एकरमाला में अंतम आया पंद्रहवीं खंडपाठ द्वारा घोषा तो सेंटर हेड टीचर श्रीमती उषा राणी और सुखपाल सिंह वालों सीनियर मैनेजर रिटायरमेंट दे होने दी को विश्वकराने वजो प्रवार दे सुशांत इधर वाले दिवाते करता स्वेंदे सगुरोज एकरमाला में अंतम आया सोलहवीं खंडपाठ द्वारा मेहरपुर तो जसविंदर सिंह सन ऑफ लैंबर सिंह वाल परिवार की सुशांति कारोबार के वादे वाद करता स्वेंदे सगुरोज विक्रमाला में अंतम आया सतानवीं खंडपाठ द्वारा भूसल तो इंग्लैंड निवासी सुचा सिंह सन और जग सिंह वालों परिवार की सुशांति कारोबार के वादे वाद करता स्वेंदे सगुरोज विक्रमाला में अंतम आया अठारहवीं खंडपाठ द्वारा भूसल तो हरजिंदर कौर जौहल अमरीका निवासी वालों परिवार देता नृत्य सुशांति कारोबार के वादे वाद करता स्वेंदे सगुरोज विक्रमाला में अंतम आया मुनिवीं खंडपाठ द्वारा घोषा तो कश्मीर सिंह सुरजीत सिंह जसवीर कौर सन ज्ञान सिंह भजन कौर परिवार की सुशांत कारोबार के वादे वाद करता स्वेंदे सगुरोज विक्रमाला लंगर की सेवा वादे 5000 की सेवा बीवी खंडपाठ द्वारा घोषा तो महेंद्र सिंह सन और चैनल सिंह घोषल वालों परिवार देता नृत्य सुशांत कारोबार की तरक्की वाद करता स्वेंदे सगुरोज विक्रमाला लंगर की सेवा वादे 5000 की सेवा इक्कीवीं खंडपाठ सेवा पिंड घोषल परवान सिंह ते रणजीत सिंह वालों अपने पोतरे गुरबीर सिंह के परिवार के तंदुरुस्ती ते कारोबार के वादे वाद करता स्वेंदे सगुरोज एकरमाला लंगर की सेवा वादे 500 सेवा बाईवीं खंडपाठ द्वारा घोषा तो स्वर्ग वासी मास्टर गुरबख्श सिंह घोषल के समूह परिवार उन्होंने निकी याद ते परिवार की सुशांति कारोबार के वादे वाद करता स्वेंदे सगुरोज एकरमाला में अंतम आया तीनवीं खंडपाठ द्वारा घोषा तो क्रीटा निवासी रणजीत कौर भाई कमलजीत सिंह घोषल वालों भगतौर सिंह मल्ली की तंदुरुस्ती सुख शांति चढ़ती कला वाद करता स्वेंदे सगुरोज विक्रमाला में अंतम आया चौवीं खंडपाठ द्वारा घोषल बलजीत कौर और राजिंदर सिंह क्रीटा निवासी परिवार वालों परिवार की सुख शांति कारोबार दिवाते अरदास स्वेंदे सगुरोज विक्रमाला में अंतम आया पच्चीवीं खंडपाठ द्वारा घोषल तो रमजीत कौर वाल बलकार सिंह और परिवार की सुख शांति कारोबार की तरक्की वाद करता स्वेंदे सगुरोज विक्रमाला में अंतम आया छब्बीवीं खंडपाठ द्वारा घोषल तो प्रवान सिंह सैकटरी वालों पत्नी सवार वासी हरजिंदर कौर जी निगी जाव है परिवार की सुशांति कारोबार की वादे वाद करता स्वेंदे सगुरोज विक्रमाला में अंतम आया सताईवीं खंडपाठ द्वारा घोषल गुरमीत सिंह सन और गुरभजन सिंह वालों परिवार के तंदुरुस्ती सुशांत अपनी देव उत्तावाद कारोबार की वादे वाद करता स्वेंदे सगुरोज विक्रमाला गुरनाम गुर कमल कौर भाई करमजीत सिंह सन गुरमीत सिंह वालों लंगर की सेवा वादे 15000 की सेवा अठाईवीं खंडपाठ सेवा पिंड घोषल तो क्रीटा निवास जोगिंदर कौर स्वागत जन्या सिंह वालों परिवार की तंदुरुस्ती सुख शांति कारोबार के वादे वाद करता स्वेंदे सगुरोज विक्रमाला में अंतम आया नतीवीं खंडपाठ द्वारा पिंड घोषल तो गुप्ता राम सन संतरा वालों
ਪਰਿਵਾਰ ਦੀ ਸੁਖਸ਼ਾਂ ਦੇ ਕਾਰੋਬਾਰ ਦੇ ਬਾਦੇ ਵਾਤਰਦਾਸ ਵੀਤੇ ਸਤਿਗੁਰੂ ਜੀ ਇੱਕਰ ਮਾਲਾ ਬੇਨਤ ਮਾਇਆ ਜਿਵੇਂ ਕਰਪਾਣ ਆਪਣੇ ਗੋਸਲ ਤੋਂ ਸੁਰਿੰਦਰ ਸਿੰਘ ਸਾਹਿਬ ਨਾਲ ਡਾਕਟਰ ਅਜੈਬ ਸਿੰਘ ਵੱਲੋਂ ਪਰਿਵਾਰ ਦੀ ਤੰਦਰੁਸਤ ਅਤੇ ਸੁਖ ਸ਼ਾਂਤੀ ਅਤੇ ਧੰਨ ਧੰਨ ਹਜ਼ੂਰ ਸ਼੍ਰੀ ਨਾਨਕ ਗੁਰਦਾਸ ਸਾਹਿਬ ਜੀ ਪਵਿੱਤਰ ਯਾਦ ਵਿੱਚ ਅਰਦਾਸ ਵੀਤੇ ਸਤਿਗੁਰੂ ਜੀ ਇੱਕਰ ਮਾਲਾ ਬੇਨਤ ਮਾਇਆ ਅਤੇ ਕਰਪਾਣ ਆਪਣੇ ਗੋਸਲ ਤੋਂ ਆਸਟ੍ਰੇਲੀਆ ਨਿਵਾਸ ਪ੍ਰਿੰਸੀਪਲ ਨੂੰ ਹਸਲਾ ਸਾਨੂੰ ਕਰਮਚੰਦ ਵੱਲੋਂ ਪੁੱਤਰ ਜਸਕੀਰ ਸਿੰਘ ਦੀ ਤੰਦਰੁਸਤੀ ਅਤੇ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਅਤੇ ਧੰਨ ਧੰਨ ਬਾਬਾ ਰਾਜਾ ਸਾਹਿਬ ਜੀ ਪਵਿੱਤਰ ਯਾਦ ਵਿੱਚ ਅਰਦਾਸ ਬੇਨਤੀ ਸਤਿਗੁਰੂ ਜੀ ਇੱਕਰ ਮਾਲਾ ਲੰਗਰ ਦੀ ਸੇਵਾ ਵਾਸਤੇ ਇੱਕ ਹਜ਼ਾਰ ਦੀ ਸੇਵਾ ਪੱਟੀਵੀਂ ਕਮਾਂਡ ਖੰਡ ਪਾਠ ਸੇਵਾ ਆਪਣੇ ਗੋਸਲ ਤੋਂ ਸੁਰਿੰਦਰ ਕੌਰ ਗੁਰਦਿਆਲ ਸਿੰਘ ਨੰਬਰਦਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਸੁਖ ਸ਼ਾਂਤੀ ਅਤੇ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਇੱਕਰ ਮਾਲਾ ਜੰਤ ਮਾਇਆ ਇੱਦੀਵੀਂ ਕਮਾਂਡ ਆਪਣੇ ਗੋਸਲ ਗੁਰਦਿਆਲ ਸਿੰਘ ਸਾਨੂੰ ਸਵਰਨ ਬਖਸ਼ੀਸ਼ ਸਿੰਘ ਨੰਬਰਦਾਰ ਵੱਲੋਂ ਪੋਤਰੇ ਜਨਜੀਤ ਸਿੰਘ ਅਜੀਤ ਸਿੰਘ ਦੀ ਤੰਦਰੁਸਤੀ ਸੁਖ ਸ਼ਾਂਤੀ ਅਤੇ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਇੱਕਰ ਮਾਲਾ ਬੇਨਤ ਮਾਇਆ ਚੌਥੀਵੀਂ ਕਮਾਂਡ ਆਪਣੇ ਗੋਸਲ ਵਿਜੇ ਕੁਮਾਰ ਸਾਨੂੰ ਰਾਮ ਆਸਰਾ ਵੱਲੋਂ ਪਰਿਵਾਰ ਦੀ ਤੰਦਰੁਸਤੀ ਅਤੇ ਵਿਜੇ ਕੁਮਾਰ ਨੂੰ ਇਡਲੀ ਵਿੱਚ ਕੰਮ ਮਿਲਣ ਦੀ ਖੁਸ਼ ਸ਼ੁਕਰਾਨੇ ਵਜੋਂ ਸੁਖ ਸ਼ਾਂਤੀ ਦੇ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਇੱਕਰ ਮਾਲਾ ਬੇਨਤ ਮਾਇਆ ਪੈਂਤੀਵੀਂ ਕਮਾਂਡ ਆਪਣੇ ਗੋਸਲ ਤੋਂ ਕਨੇਡਾ ਨਿਵਾਸ ਹਰਜੀਤ ਕੌਰ ਬਤਜਿੰਦਰ ਸਿੰਘ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਇੱਕਰ ਮਾਲਾ ਬੇਨਤ ਮਾਇਆ ਛੱਤੀਵੀਂ ਕਰਪਾਣ ਦਾ ਮੁਕਤ ਪਰਿਵਾਰ ਦੀ ਸੁਖ ਸ਼ਾਂਤੀ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਇੱਕਰ ਮਾਲਾ ਬੇਨਤ ਮਾਇਆ ਸੈਂਤੀਵੀਂ ਕਰਪਾਣ ਆਪਣੇ ਗੋਸਲ ਤੋਂ ਅਮਰੀਕਾ ਨਿਵਾਸ ਨਰਿੰਦਰ ਕੌਰ ਭਾਈ ਮਹਿੰਦਰ ਸਿੰਘ ਸਾਨੂੰ ਕਰਮ ਸਿੰਘ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਅਤੇ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਇੱਕਰ ਮਾਲਾ ਬੇਨਤ ਮਾਇਆ ਛੱਤੀਵੀਂ ਕਰਪਾਣ ਆਪਣੇ ਗੋਸਲ ਤੋਂ ਜਸਵੰਤ ਸਿੰਘ ਸਾਨੂੰ ਬਲਵੀਰ ਸਿੰਘ ਗੋਸਲ ਦੇ ਪਰਿਵਾਰ ਵੱਲੋਂ ਸਵਰਗ ਵਾਸੀ ਮਨਸਾ ਸਿੰਘ ਦੀ ਯਾਦ ਵਿੱਚ ਅਤੇ ਪਰਿਵਾਰ ਦੀ ਸੁਖ ਸ਼ਾਂਤੀ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਇੱਕਰ ਮਾਲਾ ਬੇਨਤ ਮਾਇਆ 39ਵੇਂ ਕਰਪਾਣ ਆਪਣੇ ਗੋਸਲਾਂ ਮਹਿੰਦਰ ਸਿੰਘ ਅਤੇ ਨਰਿੰਦਰ ਕੌਰ ਅਮਰੀਕਾ ਵੱਲੋਂ ਪਰਿਵਾਰ ਦੀ ਤੰਦਰੁਸਤੀ ਸੁਖ ਸ਼ਾਂਤੀ ਅਤੇ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਇੱਕਰ ਮਾਲਾ ਬੇਨਤ ਮਾਇਆ 40ਵੇਂ ਕਰਪਾਣ ਆਪਣੇ ਗੋਸਲ ਹਰੀ ਪ੍ਰਕਾਸ਼ ਸਾਨੂੰ ਤੋਸੀਰਾਂ ਵੱਲੋਂ ਪਰਿਵਾਰ ਦੀ ਤੰਦਰੁਸਤੀ ਸੁਖ ਸ਼ਾਂਤੀ ਅਤੇ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਲੰਗਰ ਦੀ ਸੇਵਾ ਵਾਸਤੇ 500 ਰੁਪਏ ਦੀ ਸੇਵਾ 41ਵੇਂ ਖੰਡ ਪਾਠ ਆਪਣੇ ਗੋਸਲ ਬਲਵਿੰਦਰ ਸਿੰਘ ਸਾਨੂੰ ਸਵਰਗ ਵਾਸੀ ਤਰਸੇਮ ਸਿੰਘ ਵੱਲੋਂ ਮਾਤਾ ਸਵਰਗ ਵਾਸੀ ਸੁਰਿੰਦਰ ਕੌਰ ਦੀ ਯਾਦ ਵਿੱਚ ਅਤੇ ਪਰਿਵਾਰ ਦੀ ਸੁਖ ਸ਼ਾਂਤੀ ਅਤੇ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਇੱਕਰ ਮਾਲਾ ਬੇਨਤ ਮਾਇਆ 45ਵੇਂ ਖੰਡ ਪਾਠ ਆਪਣੇ ਗੋਸਲ ਮਾਨਸਾ ਸਿੰਘ ਸਾਨੂੰ ਪ੍ਰੀਤ ਸਿੰਘ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਅਤੇ ਕਾਰੋਬਾਰ ਦੇ ਵਾਧੇ ਵਾਸਤੇ ਅਤੇ ਮਨੋਕਾਮਨਾ ਪੂਰੀ ਹੋਣ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਇੱਕਰ ਮਾਲਾ ਬੇਨਤ ਮਾਇਆ 43ਵੇਂ ਖੰਡ ਪਾਠ ਆਪਣੇ ਗੋਸਲ ਸੁਖਵਿੰਦਰ ਸਿੰਘ ਅਮਰੀਕਾ ਨਿਵਾਸੀ ਵੱਲੋਂ ਪਰਿਵਾਰ ਦੀ ਤੰਦਰੁਸਤੀ ਅਤੇ ਪਿਤਾ ਸੁਰਗਵਾਸ ਸਿੰਘ ਸਰਦਾਰ ਕੇਵਲ ਸਿੰਘ ਦੀ ਯਾਦ ਵਿੱਚ ਅਰਦਾਸ ਬੇਨਤੀ ਸਤਿਗੁਰੂ ਜੀ ਇੱਕਰ ਮਾਲਾ ਬੇਨਤ ਮਾਇਆ ਗੋਸਲਾਂ ਤੋਂ ਜਿੰਦਰ ਕੌਰ ਦੁਨੀਆ ਢੇਕ ਸਿੰਘ ਵੱਲੋਂ ਅਵਨੀਤ ਕੌਰ ਦੇ ਜਨਮ ਦੇ ਕੁਝ ਸ਼ੁਕਰਾਨੇ ਵਜੋਂ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ 5000 ਰੁਪਏ ਦੀ ਸੇਵਾ ਅਤੇ ਲੱਡੂਆਂ ਦੀ ਸੇਵਾ ਸਤਿਗੁਰੂ ਮਹਾਰਾਜ ਹਰਭਜ ਕੌਰ ਵਾਹਿਗੁਰ ਸਵਰਬਲ ਗਿਆਨ ਸਿੰਘ ਵੱਲੋਂ ਲੱਡੂਆਂ ਦੀ ਸੇਵਾ ਅਤੇ ਜੋਤ ਵਾਸਤੇ ਘੇ ਦੀ ਸੇਵਾ ਸਤਿਗੁਰੂ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਦੀ ਉਪਾਰ ਕਿਰਪਾ ਦਾ ਸਤਿਕਾਰ ਸਤਿਗੁਰੂ ਜੀ 43 ਸ਼੍ਰੀ ਅਖੰਡ ਪਾਠ ਸਾਹਿਬ ਦੇ ਸੰਪੂਰਨ ਬਾਣੀ ਦੇ ਭੋਗ ਭੈਣ ਮਹਾਰਾਜ ਭੋਗ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਹਾਂ ਸਮੂਹ ਸੰਗਤਾਂ ਵੱਲੋਂ ਆਪ ਨੂੰ ਸੁੰਦਰ ਮਾਲੇ ਭੇਟਾਂ ਕੀਤੇ ਗਏ ਹਨ ਅੰਗੀਕਾਰ ਕਰਨੀ ਚੜ੍ਹਦੀ ਕਲਾ ਕਰਨੀ ਇਸ ਬਾਤ ਦੀ ਸਹਾਈ ਉਹਨਾਂ ਸਤਿਗੁਰੂ ਮਹਾਰਾਜ ਪਾਠੀ ਸਿੰਘਾਂ ਨੇ ਗੁਰਬਾਣੀ ਦੇ ਜਾਪ ਰਾਗੀ ਸਿੰਘਾਂ ਨੇ ਪ੍ਰੇਮ ਟੋਲੇ ਸ਼ਬਦ ਆਰਤੀ ਆਰਤੀ ਦਾ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਬੜੇ ਸੁਣੀ ਸਤਖੰਡ ਵੇਖੇ ਪ੍ਰਵਾਨ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਲਾਉਣੀ ਕਦਮ ਕਦਮ ਲੇਖਕ ਚਲਾਉਣਾ ਸਮੂਹ ਸੰਗਤ ਦੇ ਦਿਲ ਪਰ ਭੇਟਾ ਪ੍ਰਵਾਨ ਕਰਨੀ ਮਨੋਭਾਵਨਾ ਪੂਰਨ ਕਰਨੀਆਂ ਖੁਸ਼ੀਆਂ ਕੀੜੇ ਬਖਸ਼ਣੇ ਦੇਸਾਂ ਪ੍ਰਦੇਸਾਂ ਵਿੱਚ ਸਮੂਹ ਸੰਗਤਾਂ ਦੇ ਮੇਰਾ ਭਰਿਆ ਤਰੱਕਣਾ ਆਪਣੇ ਘਰੋਂ ਗੁਰਸਿੱਖੀ ਪਿਆਰ ਅਤੇ ਨਾਮਤਾਨ ਬਖਸ਼ਣਾ ਸਤਿਗੁਰੂ ਨੇ ਆਪ ਜੀ ਦੀਆਂ ਬਖਸ਼ੀਆਂ ਰਸਤਾ ਵਸਤਾ ਵਿੱਚੋਂ ਅੰਮ੍ਰਿਤ ਗ੍ਰਾਹ ਪ੍ਰਚਾਰ ਦੀ ਦੇਗ ਮਾਜ ਲਗਾਏ ਆਪ ਜੀ ਕੋ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸੰਗਤ ਸਿੰਘ ਲਾਈ ਹੋਵੇ ਜੋ ਛਕੇ ਸੁਹਾ ਸੁਹਾ ਸਤਿਗੁਰੂ ਜੀ ਆਪ ਜੀ ਦਾ ਹੀ ਨਾਮ ਜਪੇ ਆਪਣੇ ਪਾਵਨ ਦਰਬਾਰ ਵਿੱਚੋਂ ਸਮੂਹ ਸੰਗ ਗੁਰੂ ਬਖਸ਼ੀ ਨੇ ਹਰ ਕਰੋ ਸਤਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ
ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਹਜ਼ੂਰ ਸ਼੍ਰੀ ਨਾਥ ਮਹਾਰਾਜਾ ਸਾਹਿਬ ਜੀ ਮਹਾਰਾਜ, ਆਪ ਜੀ ਹਜ਼ੂਰ ਸਮੂਹ ਸੰਗੀਰ ਦਾ ਸਮੇਤੀ ਹੈ ਸਤਿਗੁਰੂ ਜੀ, ਨਗਰ ਕਿਹੜੇ ਸੁਖਰ ਤਾਉਣਾ, ਗਉ ਗੁਰੀ ਦਾ ਭਲਾ ਕਰਨਾ, ਡੇਰਾ ਕਿਹੜਾ ਬਾਤ ਰੱਖਣਾ, ਲੋਹ ਲੰਗਰ ਤਪਦੇ ਰੱਖਣੇ, ਸਾਹ ਦਾਸਾ ਨਾਮ ਧਾਰਨ ਭਜਨ ਦਾ ਪ੍ਰਤਾਪ, ਸਭੇ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਸਤਿਗੁਰੂ ਜੀ, ਜੋ ਆਪ ਜੀ ਦੇ ਦਰਿਆ ਵੈ ਸੁਰਾਰੇ ਲੋਕੇ ਜਾਵੈ, ਮੁਗਿਆ ਮੁਰਾਦਾਂ ਪਾਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਾਂ ਕਾ ਸਿਮਰਨ ਸਭ ਕਰ ਪਾਈਆ